ਹੈਲੋ ਸਟੂਡੈਂਟਸ ਤੁਹਾਡਾ ਆਪਣੇ ਚੈਨਲ ਟੀਚਿੰਗ ਰਸਤੇ ਸਵਾਗਤ ਹੈ ਤਾਂ ਬੱਚਿਓ ਅੱਜ ਅਸੀਂ ਗੱਲਬਾਤ ਕਰਾਂਗੇ ਕਿ ETT 994 ਦਾ ਜਿਹੜਾ ਰਿਜ਼ਲਟ ਹੈ ਉਹ ਕਦੋਂ ਤੱਕ ਹੈ ਜਿਹੜਾ ਉਹ ਆ ਸਕਦਾ ਹੈ ਤੇ ਸਾਡੀ ETT 994 ਦੀ CM ਕਦੋਂ ਲੱਗੇਗੀ ਤੇ 435 ਦੀਆਂ ਜਿਹੜੀਆਂ ਰਹਿੰਦੀਆਂ ਲਿਸਟਾਂ ਨੇ ਉਹ ਕਦੋਂ ਤੱਕ ਹੈ ਜਿਹੜੀਆਂ ਆ ਸਕਦੀਆਂ ਨੇ ਤਾਂ ਸਭ ਤੋਂ ਪਹਿਲਾਂ ਬੱਚਿਓ ਸਾਨੂੰ ਡਿਪਾਰਟਮੈਂਟ ਵੱਲੋਂ ਬਾਰ-ਬਾਰ ਭਰੋਸਾ ਦਿਵਾਇਆ ਗਿਆ ਕਿ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਫਰਸਟ ਮੇ ਮੇ ਦੇ ਫਰਸਟ ਵੀਕ ਦੇ ਵਿੱਚ ਹੈ ਜਿਹੜਾ ਉਹ ਆ ਜਾਵੇਗਾ ਪਰ ਬੱਚਿਓ ਅਜੇ ਹੁਜ ਵੀ ਸਾਨੂੰ ਇਹ ਜਿਹੜਾ ਸਾਈਡ ਤੇ ਦਿਖਾਈ ਨਹੀਂ ਦਿੱਤਾ ਨਾ ਹੀ ਸਾਡੇ ਕਿਤੇ ਜਿਹੜੀ ਇਹ ਹਲਚਲ ਹੈ ਜਿਹੜੀ ਸਾਨੂੰ ਸਾਈਡ ਤੇ ਦੇਖਣ ਨੂੰ ਦੀ ਹੈ ਤੇ ਬੱਚੇ ਜਦੋਂ ਦੁਬਾਰਾ ਉਹਨਾਂ ਨੂੰ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਤਾਂ ਉਹਨਾਂ ਨੇ ਦੁਬਾਰਾ ਕਿਹਾ ਕਿ ਤੁਹਾਡੇ ਜਿਹੜੇ ਰਿਜ਼ਲਟ ਹੈ ਜਿਹੜਾ ਤੁਹਾਡਾ ਹੁਣ ਅਨਸਰ ਕੀ ਤੋਂ ਬਾਅਦ ਜਿਹੜਾ ਰਿਜ਼ਲਟ ਆਣਾ ਸੀ ਉਸਤੇ ਇਹ ਜਿਹੜੀ ਸਟੇ ਲੱਗੀ ਹੋਈ ਹੈ ਤਾਂ ਬੱਚੇ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਨੂੰ ਡਿਪਾਰਟਮੈਂਟ ਗੁੰਮਰਾਹ ਕਰ ਰਿਹਾ ਜਾਂ ਸਾਨੂੰ ਸਰਕਾਰਾਂ ਗੁੰਮਰਾਹ ਕਰ ਰਹੀਆਂ ਨੇ ਕਿਸੇ ਪਾਸੇ ਸਾਨੂੰ ਐਜੂਕੇਸ਼ਨ ਮਿਨਿਸਟਰ ਜੀ ਕਹਿ ਰਹੇ ਨੇ ਕਿ ਤੁਹਾਡੀ 31 ਜੁਲਾਈ ਤੱਕ ਜਿਹੜੀ ਜੁਆਇਨਿੰਗ ਕਰਵਾ ਦਿੱਤੀ ਜਾਵੇਗੀ ਤੇ ਕਿਤੇ ਸਾਨੂੰ ਕਿਹਾ ਜਾ ਰਿਹਾ ਕਿ ਤੁਹਾਡੇ ਜਿਹੜੇ ਰਿਜ਼ਲਟ ਤੇ ਜਿਹੜੀ ਸਟੇ ਹੈ ਤਾਂ ਬੱਚੇ ਸਾਨੂੰ ਇਹ ਦੋਨੋਂ ਗੱਲਾਂ ਜਿਹੜ ਤਾਂ ਇਸ ਕਰਕੇ ਸੀਐਮਐ ਜਿਹੜੀ ਉਹਨਾਂ ਨੂੰ ਸੀਐਮਬੀ ਉਹਨਾਂ ਦੁਆਰਾ ਜਿਹੜੀ ਉਹ ਲਗਾਈ ਹਲੇ ਤੱਕ ਜਿਹੜੀ ਲਗਾਈ ਨਹੀਂ ਗਈ ਤਾਂ ਇਸ ਕਰਕੇ ਜਿਹੜੀ ਸੀਐਮਐ ਜਿਹੜੀ ਸਾਡੇ ਪ੍ਰਧਾਨਾਂ ਵੱਲੋਂ ਜਿਹੜੀ ਲਗਾਈ ਜਾ ਰਹੀ ਹੈ ਤਾਂ ਬੱਚਿਓ ਸੀਐਮਐ ਸਾਡੇ ਪ੍ਰਧਾਨਾਂ ਵੱਲੋਂ ਲਗਾ ਲਗਾਈ ਜਾ ਰਹੀ ਹੈ ਤਾ ਇੱਥੇ ਗੱਲ ਇਹ ਖੜੀ ਹੋ ਰਹੀ ਹੈ ਕਿ ਸਾਡੀ ਜਿਹੜੀ ਸੀਐਮਐ ਸਾਡੀ ਜਿਹੜੀ ਪ੍ਰਧਾਨ ਲਗਾ ਰਹੇ ਨੇ ਪਰ ਬੱਚਿਓ ਪ੍ਰਧਾਨ ਸਾਡੇ ਦੋ 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 ਅਲੱਗ-ਅਲੱਗ ਯੂਨੀਅਨ ਬਣਾ ਲਿੱਤੀ ਹੈ ਤਾਂ ਅਸੀਂ ਕਿਹੜੀ ਕਿਹੜੀ ਯੂਨੀਅਨ ਨੂੰ ਇਹ ਜਿਹੜੇ ਪੈਸੇ ਜਿਹੜੇ ਆਪਣੇ ਜ ਸਾਡਾ ਫੰਡ ਹੈ ਜਿਹੜਾ ਕਿਹੜੀ ਯੂਨੀਅਨ ਨੂੰ ਦਈਏ ਜੇਕਰ ਸਾਡੀ ਯੂਨੀਅਨ ਅਲੱਗ-ਅਲੱਗ ਕੰਮ ਕਰੇਗੀ ਤਾਂ ਸਾਡਾ ਜਿਹੜਾ ਰਿਜ਼ਲਟ ਆਉਣ ਦੇ ਵਿੱਚ ਜਿਹੜੀ ਸਾਨੂੰ ਦਿੱਕਤ ਆ ਸਕਦੀ ਹੈ ਤਾਂ ਸਾਡਾ ਇੱਕ ਰਿਕੁਐਸਟ ਹੈ ਯੂਨੀਅਨ ਨੂੰ ਕਿ ਤੁਸੀਂ ਦੋਨੋਂ ਦੋਨੋਂ ਯੂਨੀਅਨ ਇਕੱਠੀਆਂ ਹੋ ਕੇ ਕੰਮ ਕਰਨ ਤਾਂ ਕਿ ਸਾਡਾ ਜਿਹੜਾ ਫੰਡ ਹੈ ਉਹ ਵੱਧ ਤੋਂ ਵੱਧ ਜਿਹੜਾ ਇੱਕ ਸਾਡਾ ਜਿਹੜੀ ਸਾਡੇ ਰਿਜ਼ਲਟ ਤੇ ਜਿਹੜੀ ਸੀਐਮ ਲੱਗੇ ਤਾਂ ਅੱਗੇ ਗੱਲਬਾਤ ਕਰਦੇ ਕਿ ਈਡीडी 6835 ਦੀਆਂ ਜਿਹੜੀਆਂ ਰਹੰਦੀਆਂ ਲਿਸਟਾਂ ਨੇ ਉਹ ਕਦੋਂ ਤੱਕ ਜਿਹੜੀਆਂ ਆ ਸਕਦੀਆਂ ਨੇ ਤਾਂ ਬੱਚਿਓ ਕਿਹਾ ਜਾ ਰਿਹਾ ਹੈ ਕਿ ਤੁਹਾਡੀ ਜਿਹੜੀਆਂ ਜਿਹੜੇ ਬੱਚਿਆਂ ਦਾ ਵੇਟਿੰਗ ਲਿਸਟ ਦੇ ਵਿੱਚ ਨੰਬਰ ਆਇਆ ਹੈ ਉਹਨਾਂ ਦੀ ਜਿਹੜੀ 16 ਮਈ ਤੋਂ ਲੈ ਕੇ ਜਾਂ 20 ਮਈ ਤੱਕ ਹੈ ਜਿਹੜਾ ਤੁਹਾਡਾ ਰਿਜ਼ਲਟ ਹੈ ਜਾਂ ਵੇਟਿੰਗ ਲਿਸਟ ਹੈ ਉਹ ਉਦੋਂ ਤੱਕ ਜਿਹੜੀ ਆ ਸਕਦੀ ਹੈ ਪੂਰਾ ਪੂਰਾ ਭਰੋਸਾ ਹੈ ਜਾਂ ਪੂਰਾ ਪੂਰਾ ਚਾਂਸ ਹੈ ਕਿ ਤੁਹਾਡੇ 20 ਮਈ ਤੱਕ ਜਿਹੜਾ ਇਹ ਕੰਮ ਹੋ ਜਾਵੇਗਾ ਤਾ ਇਸ ਕਰਕੇ ਬੱਚੋ ਸਾਡੀ ਸੀਐਮ ਵੈਸੇ ਸਾਡੇ ਡਿਪਾਰਟਮੈਂਟ ਵੱਲੋਂ ਲਗਾਈ ਜਾਣੀ ਚਾਹੀਦੀ ਸੀ ਕਿਉਂਕਿ ਉਹਨਾਂ ਨੇ ਕਿਉਂਕਿ ਸਾਡਾ ਜਿਹੜਾ ਬੈਕਲੋਗ ਦੀ ਪੋਸਟਾਂ ਤੇ ਜਿਹੜਾ ਇਹ ਕੇਸ ਲੱਗਿਆ ਹੋਇਆ ਹੈ ਤਾਂ ਇਸ ਕਰਕੇ ਸੀਐਮ ਸਾਡੀ ਡਿਪਾਰਟਮੈਂਟ ਵੱਲੋਂ ਲੱਗਣੀ ਚਾਹੀਦੀ ਹੈ ਅਸੀਂ ਧਰਨਾ ਸਾਨੂੰ ਦੇਣਾ ਚਾਹੀਦਾ ਹੈ ਕਿ ਅਸੀਂ ਇਹ ਜਿਹੜਾ ਸੀਐਮ ਡਿਪਾਰਟਮੈਂਟ ਨੂੰ ਕਹੀਏ ਕਿ ਤੁਸੀਂ ਸੀਐਮ ਲਗਾਓ ਕਿਉਂਕਿ ਉਹਨਾਂ ਦੇ ਡਿਪਾਰਟਮੈਂਟ ਵੱਲੋਂ ਜਿਹੜੀ ਪੋਸਟਾਂ ਕੱਢੀਆਂ ਗਈਆਂ ਨੇ ਉਸ ਤੇ ਜਿਹੜਾ ਕੇਸ ਹੈ ਉਹ ਲੱਗਿਆ ਹੋਇਆ ਹੈ ਠੀਕ ਹੈ ਬੱਚਿਓ ਪਰ ਹੁਣ ਸਾਡੇ ਜਿਹੜੇ ਪ੍ਰਧਾਨ ਹੈ ਉਹਨਾਂ ਨੇ ਜਿਹੜਾ ਆਪਣਾ ਸਪੈਲ ਕਦਮੀ ਕੀਤੀ ਹੈ ਕਿ ਉਹ ਸੰਗਿਆ ਮੈਂ ਜਿਹੜੀ ਸਾਡੇ ਉਸਤੇ ਲਗਾਣਗੇ ਤਾਂ ਬਾਕੀ ਬੱਚਿਓ ਤੁਸੀਂ ਆਪ ਸਮਝਦਾਰ ਹੋ ਤਾਂ ਥੈਂਕ ਯੂ ਸਟੂਡੈਂਟਸ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਚੈਨਲ ਤੇ ایਜੀਟੀ ਯੂਨ 942364 835 ਤੇ ਹੋਰ ਸਰਕਾਰੀ ਗਵਰਨਮੈਂਟ ਜੋਬਸ ਜਿਹੜੀਆਂ ਵੀ ਆਉਂਦੀਆਂ ਨੇ ਇਸ ਚੈਨਲ ਤੇ ਜਿਹੜੀ ਤੁਹਾਨੂੰ ਦਸਤੀ ਜਾਵੇਗੀ ਥੈਂਕ ਯੂ ਸਟੂਡੈਂਟਸ